ਕਰਦੇ ਆ? ਮੈਂ ਬਾਈ ਕੁਲਤਾਰ ਤੋਂ ਕਈ ਵਾਰੀ ਬਹੁਤ ਪੈਸੇ ਰੱਛ ਨਹੀਂ ਪਾ ਕੇ ਦਿੱਤਾ ਬਾਈ ਕੁਲਤਾਰ ਨੇ, ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ, ਉਹਨਾਂ ਨੂੰ ਸਕੂਲ ਚਲਾਇਆ। ਕਹਿੰਦੇ ਬਾਈ ਕੁਲਤਾਰ ਸਿੰਘ ਸਾਡੇ ਤੋਂ ਕਦੇ ਇਹਨਾਂ ਨੇ ਪਿੱਠ ਨਹੀਂ ਵਿਖਾਈ, ਨਾ ਮਣੀ ਨੇ, ਨਾ ਮਣੀ ਜੀ ਦੀ ਬਹੁਤ ਸਿਫਤ ਕਰਦੇ ਆ, ਇਸ ਗੱਲ ਦਾ ਮੈਨੂੰ ਵੀ ਪਤਾ। ਮੇਰੀ ਬੇਨਤੀ ਆ ਬਾਈ ਜੀ, ਇਹਨਾਂ ਨੂੰ ਬਣਦਾ ਜਿਹੜਾ ਮਿਹਨਤਾਨਾ ਨਾ ਸਰਕਾਰੀ ਤੌਰ ਤੇ ਉਜਰਤ ਰੇਟ ਆ ਉਹ ਮਿਲਣ ਘੱਟੋ ਘੱਟ। ਪਹਿਲੀ ਗੱਲ ਤਾਂ ਇਹ ਰੈਗੂਲਰ ਹੋਣੇ ਚਾਹੀਦੇ ਆ, ਗਵਰਨਮੈਂਟ ਰੂਲ ਆ ਜਿੱਥੇ 90 ਦਿਨ ਲੱਗ ਜਾਂਦੇ ਆ ਰੂਲ, 90 ਦਿਨਾਂ ਬਾਅਦ ਕੋਈ ਵੀ ਕਰਮਚਾਰੀ ਆ ਜਿਹੜਾ ਪੱਕਾ ਹੋ ਜਾਂਦਾ। ਇਹ ਪ੍ਰਿੰਸੀਪਲ ਮੈਡਮ ਨੇ ਇਹਦਾ ਰਿਕਾਰਡ ਵੀ ਜਿਹੜਾ ਗਾਇਬ ਕਰਤਾ, ਘਰੇ ਲੈ ਗਈ। ਮੈਂ ਇਹਨਾਂ ਗੱਲਾਂ 'ਤੇ ਖਿੱਚ ਖਾ ਜਾਂਦਾ। ਇੱਕ ਦਿਨ ਮੈਂ ਸੁਣ ਰਿਹਾ ਸੀ ਇਹਨਾਂ ਦਾ ਲੇਖ ਸੀ ਨੈਤਿਕ ਸਿੱਖਿਆ 'ਤੇ। ਨੈਤਿਕ ਸਿੱਖਿਆ ਇਹ ਹੁੰਦੀ ਹੈ, ਮਨੁੱਖੀ ਕਦਰਾਂ ਕੀਮਤਾਂ ਕੁਛ ਨਹੀਂ ਹੁੰਦੀਆਂ। ਔਰ ਸਭ ਤੋਂ ਵੱਡੀ ਗੱਲ ਹੈ ਵੀ ਇੱਕ ਤਾਂ ਆਪਾਂ ਅਗਲੇ ਨੂੰ ਪੂਰੀ ਮਿਹਨਤ ਨਾਲ ਨਹੀਂ ਦੇਣਾ, ਫਿਰ ਸਹੀ ਢੰਗ ਨਾਲ ਬੋਲਣਾ ਨਹੀਂ। ਇਹ ਇਹਨਾਂ ਦੀ ਨਹੀਂ ਸ਼ਿਕਾਇਤ, ਹੋਰ ਵੀ ਸ਼ਿਕਾਇਤ ਆ। ਅਸੀਂ ਮੇਰਾ ਕੋਈ ਮਕਸਦ ਨਹੀਂ ਮੈਡਮ ਪ੍ਰਿੰਸੀਪਲ ਨਾਲ, ਮੇਰਾ ਕੋਈ ਵੈਰ ਨਹੀਂ। ਵੈਸੇ ਅਧਿਆਪਕ ਵਰਗ ਦਾ ਕਦਰ ਬਣਦੀ ਹੈ, ਇੱਜ਼ਤ ਬਣਦੀ ਹੈ, ਪਰ ਮੈਂ ਹਮੇਸ਼ਾ ਗਰੀਬਾਂ ਨਾਲ, ਲੋੜਵੰਦਾਂ ਨਾਲ ਖੜ੍ਹਾ ਰਹੂੰਗਾ, ਸੰਘਰਸ਼ ਕਰਦਾ ਰਹੂੰਗਾ। ਬਾਈ ਜੀ, ਮੇਰੇ ਦੋ ਬੱਚੇ ਆ ਇੱਥੇ ਪੜ੍ਹਦੇ, ਉਹਨਾਂ ਨੂੰ ਵੀ ਟਾਰਗੇਟ ਕੀਤਾ ਜਾਊਗਾ, ਪਰ ਅਸੀਂ ਬਿਲਕੁਲ ਡਰਦੇ ਨਹੀਂ, ਸੰਘਰਸ਼ ਕਰਾਂਗੇ। ਜਿੰਨੇ ਸੰਘਰਸ਼ਾਂ 'ਚੋਂ ਲੰਘਾਂਗੇ ਉਨੇ ਮਜ਼ਬੂਤ ਹੋਵਾਂਗੇ। ਤੁਹਾਨੂੰ ਮੇਰੇ ਬਾਰੇ ਪਤਾ ਹੈ, ਸੱਚ ਨੂੰ ਸੱਚ ਕਹਿਣ ਵਾਲਾ ਬੰਦਾ ਮੈਂ, ਕੁੱਕੜ ਦੀਆਂ ਤਿੰਨ ਲੱਤਾਂ ਮੈਂ ਕਦੇ ਨਹੀਂ ਕਹਿੰਦਾ। ਇਸ ਕਰਕੇ ਵੀਰ ਜੀ, ਇਹ ਸਕੂਲ ਆਫ ਐਮੀਨੈਂਸ ਹੈ, ਮੈਂ ਨਹੀਂ ਚਾਹੁੰਦਾ ਕਿ ਇਹ ਗੱਲ ਮੈਂ ਪਬਲਿਕ ਕਰਾਂ, ਜਨਤਕ ਕਰਾਂ, ਪਰ ਫਿਰ ਵੀ ਇਹ ਮੇਰੇ ਕੋਲ ਸੰਭਾਲੀ ਰਹੂਗੀ ਵੀਡੀਓ। ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਤੇ ਮੈਨੂੰ ਜਨਤਕ ਕਰਨੀ ਪਈ, ਇਹਨੂੰ ਕਾਂਡ ਛਾਂਡ ਕੇ ਜਿੰਨੀ ਜ਼ਰੂਰਤ ਹੈਗੀ ਆ, ਤੁਹਾਡਾ ਹੀ ਪੱਖ ਜ਼ਰੂਰ ਅਸੀਂ ਉਹਦੇ 'ਚ ਸਾਂਭ ਕੇ ਰੱਖਾਂਗੇ। ਇੱਕ ਮੇਰਾ ਰਿਕਾਰਡ ਕਢਾਇਆ ਜਾਵੇ। ਅਤੇ ਬਾਈ ਜੀ, ਇਹ ਕਹਿੰਦੇ ਆ ਜੇ ਮੈਂ ਗਲਤ ਕਹਿੰਦਾ, ਮੇਰਾ ਰਿਕਾਰਡ ਕਢਾਓ। ਮੇਰਾ ਰਿਕਾਰਡ ਕਢਾਓ, 3 ਸਾਲ ਹੋ ਗਏ ਲੱਗੇ ਨੂੰ। ਮਰਜ਼ੀ ਕਰੋ ਬਾਈ ਕੁਲਤਾਰ ਸੰਧ ਮਾਈ, ਥੋੜੇ ਸਿਰ ਤੇ ਆਏ ਕਿਤੇ ਲੱਗੇ ਹੋਏ ਆ, ਗੱਲ ਸਾਹਿਬ ਦੇ ਮੌਕੇ ਦੇ ਲੱਗੇ ਹੋਏ ਆ ਅਸੀਂ, ਤੇ ਸਾਨੂੰ ਕੁਛ ਵੀ ਨਹੀਂ ਸਮਝਦੀ ਕਿ ਕੁੱਤੇ ਲਾਂਤ ਲਾਉਂਦੀ ਆ ਇਹ। ਬਿਲਕੁਲ ਜੀ, ਮੈਂ ਇਹ ਤਾਂ ਹਲੇ ਬਰਦਾਸ਼ਤ ਕਰੀ ਜਾਂਦੇ ਆ। ਜੇ ਮੇਰੇ ਵਰਗਾ ਬੰਦਾ ਹੁੰਦਾ ਤਾਂ ਕੁਛ ਹੋਰ ਤਰ੍ਹਾਂ ਬਿਹੇਵ ਕਰਦਾ। ਵੀਰ ਜੀ, ਭਰਾ ਜੀ, ਪਿਆਰਿਓ, ਤੁਹਾਡੀ ਡਿਊਟੀ ਬਣਦੀ ਹੈ ਮਨੁੱਖਤਾ ਦੇ ਨਾਂ 'ਤੇ, ਕਰਦੇ ਯੋਧਿਆਂ ਵਾਲਾ ਕੰਮ। ਕੁਛ ਨਹੀਂ ਚਾਹੀਦਾ, ਸਾਡੀ ਪ੍ਰਿੰਸੀਪਲ ਚੇਂਜ ਹੋ ਜਾਵੇ, ਸਾਨੂੰ ਪ੍ਰਿੰਸੀਪਲ ਵਧੀਆ ਮਿਲ ਜਾਵੇ ਬਸ। ਨਹੀਂ, ਪ੍ਰਿੰਸੀਪਲ ਚੇਂਜ ਕਰਕੇ ਕੀ ਤੁਸੀਂ ਆਪਣਾ ਮਿਹਨਤਾਨਾ ਮੰਗੋ ਪੂਰਾ? ਉਹ ਨਹੀਂ, ਉਹ ਕਰ ਸਕਦੀ ਜੀ ਕੁਛ, ਇਹ ਨਹੀਂ ਕਰਨੀ ਜੀ, ਸਰਕਾਰ ਤਾਂ ਕਰ ਸਕਦੀ ਆ ਨਾ। ਹਾਂ, ਸੰਨਾ ਸਾਹ ਸਰਕਾਰ ਆਪਣੀ ਹੈ, ਅਤੇ ਮੇਰਾ ਰੋਗਲੇ ਕੰਮ ਕਰੋ, ਮੇਰਾ ਪੱਕਾ ਚਾਂਸ ਕਰੋ। ਹਾਂ,
ਬਿਲਕੁਲ ਜੀ, ਮੈਡਮ ਪ੍ਰਿੰਸੀਪਲ ਤਾਂ ਲੱਖ ਰੁਪਈਆ ਲੈ ਜਾਂਦੀ ਹੈ ਤੇ ਇਹ ਪੈਸੇ ਦਿਓ ਮੈਨੂੰ। ਹਾਂ ਪ੍ਰਿੰਸੀਪਲ ਕਹਿੰਦੀ ਪੈਸੇ ਦਿਓ ਫੇਰ ਕਰੂੰਗੀ ਤੁਹਾਡਾ, ਕਦੇ 15 ਮੰਗਦੀ ਕਦੇ 10 ਮੰਗਦੀ, ਕਿੱਧਰ ਜਾਈਏ ਦੱਸੋ। ਅੱਛਾ ਇੱਕ ਗੱਲ ਹੋਰ ਜੀ, ਮੈਂ ਪਿਛਲੇ ਦਿਨਾਂ 'ਚ ਵੀਡੀਓ ਪਾਈ ਸੀ ਵੀ ਜਿਹੜੀਆਂ ਖਾਣਾ ਬਣਾਉਣ ਵਾਲੀਆਂ ਬੀਬੀਆਂ ਧੁੱਪੇ ਮੱਜਦੀਆਂ ਤੇ ਜਿਨ੍ਹਾਂ ਨੇ ਕੰਧ ਕੱਢੀ ਆ ਉਹ ਉਹਨਾਂ ਦੇ ਪੈਸੇ ਇਹਨਾਂ ਨੇ ਰੋਕੇ ਸੀਗੇ, ਤੇ ਇੱਕ ਆ ਜਿਹੜੇ ਬਿਲਡਿੰਗ ਦੇ ਵਿੱਚੋਂ ਸੀਮਿੰਟ ਦੀ ਮਸ਼ਹੂਰੀ ਜਿਹੜੇ ਬੋਰਡ ਹੈ ਉਹ ਇਹਨਾਂ ਨੇ ਛਪਾਤੇ ਸਕੂਲ ਦੀਆਂ ਕੰਧਾਂ 'ਤੇ, ਇਹ ਕਦੇ ਦੇਖਿਆ ਨਾ ਸੁਣਿਆ, ਇਹਦੇ ਪਿੱਛੇ ਵੀ ਲਾਲਚ ਹੈ ਇਹਨਾਂ ਦਾ। ਅਤੇ ਤੁਹਾਡਾ ਬਾਈ ਜੀ ਵੀਰ ਜੀ ਤੁਹਾਡੀ ਡਿਊਟੀ ਬਣਦੀ ਹੈ, ਤੁਹਾਡਾ ਇਲਾਕਾ ਇਹ ਤੁਹਾਡੇ 'ਤੇ ਦੂਸ਼ਣ ਲੱਗਣੇ ਆ, ਤੁਹਾਡੀ ਜਿਹੜੀ ਪ੍ਰਬੰਧਕੀ ਆ ਤੁਸੀਂ ਇਸ ਵੱਲ ਧਿਆਨ